ਸਤਿ ਸ਼੍ਰੀ ਅਕਾਲ ਲੋਕ ਰਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਅਤੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਭੱਟੀ। ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਸਰ, ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਪ੍ਰਾਰਥਨਾ। ਜੀ ਭੱਟੀ ਸਾਹਿਬ, ਆਖਰ ਅਸੀਂ ਰਸਤੇ 'ਤੇ ਕਿਹੜੇ 'ਤੇ ਤੁਰ ਪਏ? ਧਰਮਾਂ ਦੀ ਰਾਜਨੀਤੀ, ਲੋਕਾਂ ਨੂੰ ਵੰਡਣਾ, ਵੰਡ ਕੇ ਫਿਰ ਰਾਜ ਕਰਨਾ। ਹਾਲਾਂਕਿ ਸੁਣਦੇ ਆਏ ਸੀ ਕਿ ਅੰਗਰੇਜ਼ਾਂ ਦਾ ਫਾਰਮੂਲਾ ਸੀ ਇਹ, ਅਤੇ ਇਹਦੇ ਸਿਰ 'ਤੇ ਉਹ ਰਾਜ ਕਰਦੇ ਸੀ, ਅਤੇ ਉਸ ਫਾਰਮ 'ਤੇ ਹੁਣ ਅਸੀਂ ਅੱਗੇ ਵੱਧ ਰਹੇ ਹਾਂ। ਨਿੱਤ ਧਰਮਾਂ ਦਾ ਜੋ ਡਿਸਪਿਊਟ ਇਹਨਾਂ ਵੱਲੋਂ ਖੜ੍ਹਾ ਕੀਤਾ ਜਾਂਦਾ ਆਪਣੇ ਫਾਇਦੇ ਮੁਨਾਫੇ ਦੇ ਲਈ, ਹਾਲਾਂਕਿ ਧਰਮਾਂ ਦਾ ਕੀ ਡਿਸਪਿਊਟ ਹੋਣਾ ਜੋ ਸਰਬੱਤ ਦੇ ਪਰੇ ਦਾ ਸੰਦੇਸ਼ ਦਿੰਦੇ ਨੇ, ਪਰ ਜਿਵੇਂ ਨੂਪੁਰ ਸ਼ਰਮਾ ਦਾ ਬਿਆਨ ਆਉਂਦਾ ਇੱਕ, ਉਹ ਤੋਂ ਬਾਅਦ ਹਿੰਦੁਸਤਾਨ ਕੀ, ਵੱਡੇ ਵੱਡੇ ਦੇਸ਼ ਕੀ, ਜੋ ਆਪਣੀ ਗਲਫ ਕੰਟਰੀਜ਼ ਨੇ ਉੱਥੇ ਕੀ, ਇੱਕ ਵੱਡਾ ਮਾਮਲਾ ਖੜ੍ਹਾ ਹੋ ਜਾਂਦਾ। ਕਿਵੇਂ ਇਸ ਸਾਰੇ ਵਰਤਾਰੇ ਨੂੰ ਦੇਖਦੇ ਹੋ? ਇੱਕ ਤਾਂ ਹੁੰਦਾ ਕਿ ਅਚਾਨਕ ਘਟਨਾ ਸਹਿਜ ਵਾਪਰ ਗਈ, ਇੱਕ ਹੁੰਦਾ ਕਿ ਪ੍ਰੀ ਪਲੈਨ ਸਭ ਕੁਛ ਹੌਲੀ ਹੌਲੀ ਅੱਗੇ ਵੱਧ ਰਿਹਾ। ਭੰਗ ਸਾਹਿਬ, ਦੇਖੋ ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਸਾਰੀ ਦੁਨੀਆ 'ਚ ਹੀ ਇਹ ਇੱਕ ਇਤਿਹਾਸ ਹੈ ਕਹਿ ਲਓ, ਜਿਹੜੀ ਸਟੇਟ ਹੈ ਨਾ ਉਹਨੂੰ ਇਕੱਠੇ ਲੋਕ ਨਹੀਂ ਚਾਹੀਦੇ ਹੁੰਦੇ। ਕੋਈ ਸਟੇਟ ਹੈ, ਚਾਹੇ ਅਸੀਂ ਚਾਹੇ ਰਾਮ ਰਾਜ ਦੀਆਂ ਗੱਲਾਂ ਕਰੀਏ, ਚਾਹੇ ਅਸੀਂ ਕਮਿਊਨਿਸਟ ਰਾਜ ਦੀਆਂ ਗੱਲਾਂ ਕਰੀਏ, ਯੂਨਾਈਟਿਡ ਅਤੇ ਕੌਨਸ਼ੀਅਸ ਲੋਕ ਨੇ ਜਿਹੜੇ ਚੇਤਨ, ਉਹ ਕਦੇ ਨਹੀਂ ਚਾਹੀਦੇ ਹੁੰਦੇ। ਉਹਨੂੰ ਵੰਡੇ ਹੋਏ, ਆਪਸ ਵਿੱਚ ਲੜਦੇ ਹੋਏ, ਜਿਹੜੇ ਖੁਦ ਇੱਕ ਦੂਜੇ ਦੇ ਜੁੰਡਮ ਜੁੰਡੀ ਹੋ ਰਹੇ ਹੋਣ, ਉਹ ਸੂਟ ਕਰਦੇ ਆ ਜੀ। ਇਹ ਬੇਸਿਕ ਫਾਰਮੂਲਾ ਇਹ ਹੈ। ਉਹਦੇ ਲਈ ਕੀ ਹੁੰਦਾ ਕਿ ਕਈ ਵਾਰੀ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਕਿ ਕਈ ਵਾਰੀ ਸਟੇਟ ਦੇ ਵਿੱਚ ਕੁਛ ਐਸੀ ਲੀਡਰਸ਼ਿਪ ਆ ਜਾਂਦੀ ਹੈ ਕਿ ਜਿਹੜੇ ਬੁਨਿਆਦੀ ਮੁੱਦਿਆਂ ਦੇ ਉੱਪਰ ਲੋਕਾਂ ਦੇ ਵਿਕਾਸ ਦੇ ਵੱਲ ਥੋੜ੍ਹਾ ਧਿਆਨ ਦਿੰਦੇ ਨੇ। ਕੁਛ ਫੇਜ਼ ਹੁੰਦੀਆਂ ਨੇ, ਜਿਵੇਂ ਡੈਮੋਕ੍ਰੇਸੀ ਡਿਵੈਲਪ ਹੋਈ ਅਮਰੀਕਾ 'ਚ, ਤੁਸੀਂ ਦੇਖੋ ਆਪਣੀ ਉਹਨਾਂ ਦੀ ਸਿਵਲ ਵਾਰ ਤੋਂ ਬਾਅਦ ਉਹਨਾਂ ਨੇ ਕਾਫ਼ੀ ਸਬਕ ਸਿੱਖੇ ਅਤੇ ਉਹਨਾਂ ਨੇ ਇੱਕ ਵੱਡਾ ਵਧੀਆ ਰਾਜ ਆਪਣਾ ਸੈੱਟ ਕਰ ਲਿਆ। ਸਾਡੇ ਕੀ ਹੋਇਆ ਕਿ ਅੰਗਰੇਜ਼ਾਂ ਨੂੰ ਤਾਂ ਅਸੀਂ ਕੱਢਤਾ ਐਜੀਟੇਸ਼ਨਾਂ ਕਰਕੇ, ਲੋਕ ਬੜੇ ਯੂਨਾਈਟ ਹੋਏ, ਲੱਖਾਂ ਦੀ ਗਿਣਤੀ 'ਚ ਲੋਕ ਜੇਲ੍ਹਾਂ 'ਚ ਗਏ, ਸ਼ਹੀਦੀਆਂ ਪਾਈਆਂ, ਫਾਂਸੀਆਂ 'ਤੇ ਚੜ੍ਹੇ, ਜਿਨ੍ਹਾਂ ਨੂੰ ਅਸੀਂ ਯਾਦ ਵੀ ਅੱਜ ਕਰਦੇ ਹਾਂ। ਉਹ ਤੋਂ ਬਾਅਦ ਜਿਹੜੀ ਉਹ ਚੇਤਨਾ ਸੀ, ਚਾਹੇ ਉਹ ਭਗਤ ਸਿੰਘ ਹੋਰਾਂ ਦੀ ਸੀ, ਚਾਹੇ ਗਦਰੀ ਬਾਬਿਆਂ ਦੀ ਸੀ, ਚਾਹੇ ਕਾਂਗਰਸ ਦੀ ਵੀ ਸੀ, ਉਹ ਚੇਤਨਾ ਨਹੀਂ ਫੈਲ ਸਕੀ ਥੱਲੇ ਤੱਕ। ਥੱਲੇ ਸਾਡੇ ਲੋਕ ਸੀ ਜਿਹੜੇ ਉਹ ਜਾਤਾਂ 'ਚ, ਧਰਮਾਂ 'ਚ, ਇਲਾਕਿਆਂ 'ਚ ਵੰਡੇ ਹੋਏ ਸੀ। ਇਹ ਜਿਹੜੀ ਹੁਣ ਪਾਰਟੀ ਰਾਜ ਕਰ ਰਹੀ ਹੈ, ਜਿਹੜਾ ਸਵਰਕਰ ਦਾ ਫਾਰਮੂਲਾ ਸੀ, ਇਹ ਸ਼ਾਇਦ ਬਾਹਲੇ ਲੋਕਾਂ ਨੂੰ ਪਤਾ ਨਹੀਂ ਹੈ। ਜਿਨ੍ਹਾਂ ਨੇ ਟੂ ਨੇਸ਼ਨ ਥਿਊਰੀ ਨਹੀਂ ਸੀ ਦਿੱਤੀ ਜਦੋਂ ਮੁਲਕ ਵੰਡਿਆ ਗਿਆ, ਇਹ ਸਵਰਕਰ ਵੱਲੋਂ ਆਏ ਸੀ, ਹਿੰਦੂ ਮਹਾਂਸਭਾ ਵੱਲੋਂ ਆਏ ਸੀ। ਹਿੰਦੂ ਮਹਾਂਸਭਾ ਅਤੇ RSS ਇਹ ਚਾਹੁੰਦੇ ਸੀ ਵੀ ਇਹਨਾਂ ਨੂੰ ਤੁਸੀਂ ਇਹਨਾਂ ਦਾ ਰਾਜ ਦੇ ਕੇ ਪਾਸੇ ਕਰੋ। ਪਰ ਗੱਲ ਆ ਕਹੀ ਜਾਂਦੀ ਕਿ ਜਿਨ੍ਹਾਂ ਹੋਰਾਂ ਵੱਲੋਂ ਸੁਜੈਸਟ ਕੀਤਾ ਗਿਆ ਸੀ ਨਾ, ਉਹਨਾਂ ਨੇ ਬਾਅਦ 'ਚ ਕੀਤੀ ਆ। ਉਹ ਕੋਈ ਵੀ ਕਮਿਊਨਲ ਪੋਲੀਟਿਕਸ ਹੈ ਜਿਹੜੀ ਦੁਨੀਆਂ ਦੇ ਕਿਸੇ ਖਿੱਤੇ 'ਚ ਵੀ, ਉਹ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ। ਉਹ ਦੂਜੇ ਪਾਸੇ ਗਾਲਾਂ ਕੱਢਣਗੇ, ਨਫ਼ਰਤ ਫੈਲਾਉਣਗੇ, ਦੂਜੇ ਪਾਸਿਓਂ ਰਿਸਪੋਂਸ ਆਊਗਾ, ਫਿਰ ਉਹ ਕੰਮ ਚੱਲਦਾ। ਪਿੰਡ 'ਚ ਕਦੇ ਤੁਸੀਂ ਦੇਖਿਓ, ਵੈਸੇ ਇਗਜ਼ਾਮਪਲ ਇਹ ਸੂਟ ਨਹੀਂ ਕਰਦੀ ਪਰ ਸੱਚੀ ਇਗਜ਼ਾਮਪਲ ਹੈ, ਇਕੱਲਾ ਕੁੱਤਾ ਵਾਲੀ ਦੇਰ ਨਹੀਂ ਭੌਂਕ ਸਕਦਾ, ਜਦੋਂ ਭੌਂਕੂਗਾ ਦੂਜੇ ਪਾਸਿਓਂ ਵੀ ਭੌਂਕੂਗਾ, ਫਿਰ ਚੱਲਦਾ ਇਸ ਲਈ ਕੰਮ। ਇਵੇਂ ਮਤਲਬ ਗੇਮਾਂ ਦੇ ਵਿੱਚ ਹੈ, ਵਾਲੀਬਾਲ ਹੈ, ਟੇਬਲ ਟੈਨਿਸ ਹੈ, ਮਤਲਬ ਜਦੋਂ ਇੱਕ ਪਾਸਿਓਂ ਵਾਲੀ ਭੱਜੂਗੀ ਦੂਜੇ ਪਾਸੇ ਉਦੋਂ ਆਊਗੀ। ਸੋ ਇੱਕ ਦੂਜੇ 'ਤੇ ਪਲਦਾ ਜਿਹੜਾ ਕਮਿਊਨਿਜ਼ਮ ਹੈ, ਦੋ ਕਮਿਊਨਿਟੀਜ਼ ਚਾਹੇ ਉਹ ਕਿਸੇ ਕਿਸਮ ਦੀ ਆਉਣ, ਉਹਨਾਂ 'ਚ ਜਿਹੜੇ ਨਫ਼ਰਤੀ ਲੋਕ ਨੇ ਉਹ ਇੱਕ ਦੂਜੇ ਦੇ ਨਾਲ ਕਰਦੇ ਨੇ, ਬਾਕੀ ਚੀਜ਼ਾਂ ਰੁਲ ਜਾਂਦੀਆਂ ਨੇ। ਫਿਰ ਅਸੀਂ ਉਸ ਦੌਰ ਦੇ ਵਿੱਚ ਹੌਲੀ 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 ਅੱਗੇ ਵਧੇ, ਜਦੋਂ ਕਾਂਗਰਸ ਨੇ ਰਾਜ ਕੀਤਾ ਵਿੱਚ ਕਰਪਸ਼ਨ ਆ ਗਈ, ਗਿਰਾਵਟ ਆ ਗਈ, ਲੋਕ ਬੇਚੈਨ ਹੋਣ ਲੱਗ ਗਏ, ਫਿਰ ਇਹ ਫਾਰਮੂਲਾ ਦਿੱਤਾ ਗਿਆ। ਮਤਲਬ ਇਹ ਤੁਸੀਂ ਜੇ ਉਸ ਟਾਈਮ ਦਾ ਲਿਟਰੇਚਰ ਪੜ੍ਹੋ ਜਦੋਂ ਬਾਬਰੀ ਮਸਜਿਦ ਵਾਲਾ ਉਹ ਕੱਢ ਕੇ ਲਿਆਂਦਾ ਗਿਆ ਕਿ ਜੀ ਮੰਦਰ ਮਸਜਿਦ ਦਾ ਰੌਲਾ ਖੜ੍ਹਾ ਕੀਤਾ ਜਾਵੇ, ਉਹ ਫਿਰ ਹੌਲੀ 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 ਤਿੰਨ ਸੀਟਾਂ ਤੋਂ BJP ਹੈ ਜਿਹੜੀ ਉਹ ਅੱਜ ਦੀ ਡੇਟ 'ਚ ਰਾਜ ਸਭਾ ਲੋਕ ਸਭਾ 'ਚ ਕਾਬਜ਼ ਹੈ। ਬਿਲਕੁਲ, ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਤਾਂ ਦੋ ਕਿਸਮ ਦਾ ਸਾਡੇ ਮਾਡਲ ਸੀਗੇ ਸਾਡੇ ਕੋਲ। ਗਾਂਧੀ ਦਾ ਮਾਡਲ ਸੀ ਹਿੰਦੂਇਜ਼ਮ ਦਾ, ਸ਼ਾਂਤੀ ਦਾ, ਅਹਿੰਸਾ ਦਾ, ਸੇਵਾ ਦਾ। ਦੂਜੇ ਪਾਸੇ ਸਾਡੇ ਕੋਲ ਇਹ ਮਾਡਲ ਸੀ ਕਿ ਨਫ਼ਰਤ ਦਾ, ਸਾੜੇ ਦਾ, ਲੜਾਈ ਦਾ, ਝਗੜੇ ਦਾ। ਜਿਹੜਾ ਅਸੀਂ ਸੋ ਕਾਲਡ ਗੁਜਰਾਤ ਮਾਡਲ ਕਹਿੰਦੇ ਹਾਂ, ਉਹ ਇਹੀ ਹੈ ਕਿ ਇੱਕ ਛੋਟੀ ਗਿਣਤੀ ਹੈ ਇੱਕ ਖਾਸ ਕਮਿਊਨਿਟੀ ਦੀ, ਉਹਨੂੰ ਕੁੱਟੋ, ਮਾਰੋ, ਉਹਨੂੰ ਇਸ ਤਰ੍ਹਾਂ ਦਾ ਬਣਾ ਦਿਓ ਕਿ ਉਹ ਤੇ ਤੋਂ ਡਰ ਲੱਗਣ ਲੱਗ ਜਾਵੇ ਲੋਕਾਂ ਨੂੰ। ਉਹ ਡਰ ਦੇ ਨਾਲ ਆਪਣੇ ਆਪ ਨਾਲ ਇਕੱਠੇ ਕਰਕੇ ਉਹਦੀਆਂ ਵੋਟਾਂ ਲੈ ਕੇ ਰਾਜ ਕਰੋ। ਇਹ ਕੋਈ ਆਪਣੇ ਇੱਥੇ ਪਹਿਲੀ ਵਾਰ ਇੱਥੇ ਨਹੀਂ ਹੋਇਆ, ਸਾਰੇ ਧਾਰਮਿਕ ਫਿਰਕਿਆਂ 'ਚ, ਜਿਹੜਾ ਕੋਈ ਹੋਰ ਹੈ, ਚਾਹੇ ਰੋਹਿੰਗੀਆ ਤੋਂ ਹੁਣ ਕਿਸੇ ਨੂੰ ਕੀ ਖਤਰਾ ਸੀ ਪਹਿਲਾਂ ਮਿਆਂਮਾਰ ਦੇ ਵਿੱਚ ਦੇਖੋ। ਵੈਸਟ ਦੇ ਵਿੱਚ ਕ੍ਰਿਸਚੀਅਨ ਨੇ ਜਿਹੜੇ, ਉਹਨਾਂ ਨੇ ਲੱਖਾਂ ਔਰਤਾਂ ਨੇ ਜਿਹੜੀਆਂ ਵਿਚਸ ਕਹਿ ਕੇ ਸਾੜੀਆਂ, ਜਿਹੜੀ ਥੋੜ੍ਹੀ ਜਿਹੀ ਔਰਤ ਡਿਫਰੈਂਟ ਹੁੰਦੀ ਸੀ, ਉਹ ਕਹਿੰਦੇ ਜੀ ਇਹਦੇ 'ਚ ਸ਼ੈਤਾਨ ਆ ਗਿਆ, ਉਹ ਇੱਕ ਫੋਬੀਆ ਖੜ੍ਹਾ ਕਰ ਲਿਆ ਜਾਂਦਾ।
कि यह खतरनाक चीज़ है, शैतान तो खतरा है, सानू मतलेरे तो खतरा है, वह किसी कम्यूनिटी जो फोकस कर लो तो विजिबली दिखता होंगे, पर साडे जिहड़े लीडर ने वह सारे दे सारे यही काम करके आए हैं। पर साडे अनफॉर्चुनेट चीज़ यह है कि साडे ये पाप है जिहड़ा पब्लिक लाइफ के क्राइम है जिहड़ा फलदा है। 1984 के इंदिरा गांधी के कतल तो बाद जिनी मजोरिटी के नाल मतलब 3500 साढ़े 3000 सिखा मारन तो बाद जिड्डा वड्डा रिस्पोंस राजीव गांधी नूं मिलिया 417 से अज तक रिकॉर्ड नहीं टुटिया। बिल्कुल सेम पोजिशन गुजरात के दंगिया तो बाद गोधरा वाले तो मोदी साहब उत्थे किन्नी बार 3 बार कि 5 बार तीन बार लगातार बिल्कुल मतलब गुजरात मॉडल उ मॉडल जाके पीएम बने। सो ये तो कुदरती है, पर हैरानी की गल हो रही है जी देखने वाली गल है कि नूपुर शर्मा ने बयान दिता क्योंकि मुसलमानों ने बाकी तो सारा कुछ करके देख लिया, भड़क नहीं सी रहे, हम भड़कन जोगे रहे ही नहीं हिंदुस्तान चा, तो गरीब ने बेचारे ज़्यादातर उन्होंने को पेंचर लाने को होर करता, जो छोटे मोटे शाहरुख खान वर्गे ने उन्होंने किसी बच्चे दे, मतलब नशे का लाता कि कुछ अपने सामने ही होया। बिल्कुल सो मुसलमान होना एक किस्म का हिंदुस्तान दे विच क्राइम बन गया, गुनाह हो गया, सारी पुलिस है जी उन्होंने दंगई जे भी उन्होंने घर से जाते हैं उन्होंने नाल रल जाती है, म्यूनसिपल कमेटियां बुलडोजर लैके तुर पे आप देख रहे थे, पर उस लैवल की भड़काहट पैदा नहीं सी हुंदी। नफरत की जी राजनीति है जां नफरत की जी साइकोलॉजी है मानसिकता है उन्हों होर नफरत चाहिए हुंदी है, जिवें गुस्से वाले बंदे नूं गुस्से दे होर कारण चाहिए हुंदे ने, उहदे च फिर इन्हां दे जिहड़े स्पोक्सपर्सन ने उह तुसीं देख लो जिस तरह एक दूजे दे नाल उह करदे ने टीवी ते आपां जाणदे हां। यह हुण जिहड़ा यह नवीं किस्म का जिहड़ा काम होया कि मोस्ट जिहड़ी सब तों भड़काहट जे तुसीं पैदा करनी है मुसलमानां च तुसीं प्रॉफिट मुहम्मद नूं ਜਾਂ ਵੈਸੇ ਕਿਸੇ ਕਮਿਊਨਿਟੀ ਦੇ ਵੀ ਪ੍ਰੋਫਿਟ ਨੂੰ ਜਿਹਦੀ ਉਹ ਪੂਜਾ ਕਰਦੇ ਨੇ ਉਹਦੇ 'ਤੇ ਹਮਲਾ ਹੋ, ਜਦੋਂ ਲੱਗੇ ਕਿ ਆਪਾਂ ਨੂੰ ਛੋਟੀ ਛੋਟੀ ਬਿਆਨਬਾਜ਼ੀਆਂ ਦੇ ਨਾਲ ਨਹੀਂ ਹਾਂ ਗੱਲ ਬਣਦੀ ਤਾਂ ਫਿਰ ਹੱਥ ਸਿਖਰ ਪਾ ਲਓ, ਵੱਡਾ ਤੁਸੀਂ ਉਹ ਵੱਡਾ ਅਟੈਕ ਕਰੋ ਵੱਡਾ ਰਿਸਪੋਂਸ ਆਊਗਾ। ਇਹ ਪਰ ਮੇਰਾ ਖਿਆਲ ਵਿੱਚ ਮਿਸਕਲਕੂਲੇਸ਼ਨ ਇਹ ਹੋ ਗਈ ਕਿ ਜਿਹੜੇ ਇੱਥੇ ਦੇ ਸਾਡੀ ਮੁਸਲਿਮ ਕਮਿਊਨਿਟੀ ਹੈ ਅਤੇ ਜਿਹੜੀ ਵਰਲਡ ਦੀ ਮੁਸਲਿਮ ਕਮਿਊਨਿਟੀ ਹੈ ਉਹਨਾਂ ਦਾ ਇਹਨਾਂ ਨੂੰ ਲੱਗਦਾ ਸੀ ਵੀ ਇਹਨਾਂ ਦੀ ਹਮਾਇਤ 'ਤੇ ਨਹੀਂ ਆਉਣਗੇ, ਵੀ ਆਪਣੀ ਜੋ ਪਾਕਿਸਤਾਨ ਨਾਲ ਰੋ ਜੂਗਾ ਸਾਡਾ, ਹੁਣ ਤਾਂ ਕਿਵੇਂ ਹੀ ਸੀ ਵੀ ਜੇ 14 ਕਰੋੜ ਆਪਣੀ ਪਾਪੂਲੇਸ਼ਨ ਹੈ ਮੁਸਲਿਮ ਭਾਈਚਾਰੇ ਦੀ, ਇੱਥੋਂ ਤੱਕ ਹੀ ਸੀਮਤ ਰਹੂਗੀ ਗੱਲ। ਹਾਂ ਮਤਲਬ ਇਹ ਤਾਂ ਵੱਧ ਤੋਂ ਵੱਧ ਇਹਨਾਂ ਨੂੰ ਤੁਸੀਂ ਪਾਕਿਸਤਾਨ ਨਾਲ ਜੋੜ ਦਿਓਗੇ ਕਿ ਪਾਕਿਸਤਾਨੀ ਨੇ ਬੰਗਲਾਦੇਸ਼ੀ ਨੇ ਵੱਧ ਤੋਂ ਵੱਧ ਇਹਨਾਂ ਸੀ, ਪਰ ਜਿਹੜਾ ਇਹ ਹੋਇਆ ਹੁਣ ਮਤਲਬ ਅਰਬ ਕੰਟਰੀਜ਼ ਇਰਾਨ ਜਿਹੜੇ ਸ਼ੀਆ ਸੁੰਨੀ ਸਾਰੇ ਇਕੱਠੇ ਹੋ ਗਏ ਕਿਉਂਕਿ ਪ੍ਰੋਫਿਟ ਉਹਨਾਂ ਦੇ ਲਈ ਬਹੁਤ ਜ਼ਿਆਦਾ ਮਤਲਬ ਮਹੱਤਤਾ ਰੱਖਦਾ, ਉਹਦੇ 'ਤੇ ਉਹ ਬਰਦਾਸ਼ਤ ਨਹੀਂ ਕਰਦੇ, ਉਹਨਾਂ ਦੀ ਇੱਕ ਸਾਰੀ ਸਾਰੀ ਜਿਹੜੀ ਆਈਡੈਂਟੀ ਹੈ ਉਸ ਚੀਜ਼ ਨਾਲ ਜੁੜੀ ਹੋਈ ਆ। ਉਹਦੇ 'ਚ ਕੀ ਹੋਇਆ ਕਿ ਉਹਨਾਂ ਨੇ ਇਕਨੋਮਿਕ ਬਾਈਕਾਟ ਦਾ ਕੰਮ ਸ਼ੁਰੂ ਹੋ ਗਿਆ, ਗਾਲਾਂ ਸ਼ੁਰੂ ਹੋ ਗਈਆਂ, ਫਿਰ ਇਹਨਾਂ ਨੇ ਮੁਸਾਫਿਰ ਨੂੰ ਕੱਢ ਕੇ ਕਿਹਾ ਕਿ ਫ੍ਰਿੰਜ ਐਲੀਮੈਂਟ ਹੈ, ਫ੍ਰਿੰਜ ਦਾ ਮਤਲਬ ਹੁੰਦਾ ਵੀ ਐਵੇਂ ਹੀ ਨਾ ਮਾਤਰ ਜਾਂ ਕੋਈ ਲੋਕ ਨੇ ਇੰਡੀਵਿਜੁਅਲ ਉਹਨਾਂ ਦੇ ਵਿਚਾਰ ਨੇ, ਹੋ ਸਕਦਾ ਇਹ ਗੱਲ ਸੱਚੀ ਹੋਵੇ, ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਬੰਦਿਆਂ ਨੂੰ ਫਿਰ ਤੁਸੀਂ ਨੈਸ਼ਨਲ ਸਪੋਕਸਪਰਸਨ ਕਿਉਂ ਬਣਾਇਆ ਹੋਇਆ ਜੇ ਤੁਸੀਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ। ਉਹ ਆਪਣੇ ਵਿਚਾਰ ਦੇ ਰਹੇ ਨੇ ਤੁਹਾਡੇ ਨਾਂ ਹੇਠ, ਤੁਸੀਂ ਉਹਨਾਂ ਨੂੰ ਇੰਨੇ ਉੱਚੇ ਕਿਉਂ ਚੱਕਿਆ ਹੋਇਆ ਸੀ, ਪਰ ਇਹ ਸੱਚੀ ਨਹੀਂ ਹੈ ਗੱਲ, ਇਹ ਹੁਣ ਐਵੇਂ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਲੋਕਲ ਲੈਵਲ 'ਤੇ ਤਾਂ ਹੋ ਜਾਂਦਾ ਕਵਰ ਅਪ, ਇੱਥੇ ਤਾਂ ਆਪਣੇ ਗੋਦੀ ਮੀਡੀਆ ਰਾਹੀਂ ਹੋਰ ਰੌਲਾ ਰੱਪਾ ਪਾ ਕੇ ਢੋਲ ਢਮੱਕਾ। ਹੁਣ ਜਿਹੜਾ ਮੁਸਲਿਮ ਵਰਲਡ ਹੈ ਤੁਸੀਂ ਦੇਖੋ ਨਾ, ਉਹਨਾਂ ਦੀ ਪਹਿਲੀ ਗੱਲ ਤਾਂ ਗਿਣਤੀ ਕਿੰਨੀ ਹੈ, ਕ੍ਰਿਸਚੀਅਨਸ ਤੋਂ ਬਾਅਦ ਇਸਲਾਮ ਆਉਂਦਾ ਹੈ। ਬਿਲਕੁਲ, ਪਰ ਇਸਲਾਮ ਦੇ ਵਿੱਚ ਬਹੁਤ ਸਾਰਾ ਹਿੱਸਾ ਐਸਾ ਹੈ ਜਿਹੜੇ ਅਜੇ ਵੀ ਟ੍ਰਾਈਬਲ ਕਿਸਮ ਦੀ ਉਹਦੇ 'ਚ ਰਹਿ ਰਹੇ ਨੇ, ਅਫਗਾਨਿਸਤਾਨ ਸਾਡੇ ਸਾਹਮਣੇ ਹੈ, ਸੀਰੀਆ ਸਾਡੇ ਸਾਹਮਣੇ ਹੈ, ਮਤਲਬ ਉਹਨਾਂ ਦੇ ਵਿੱਚ ਕਰੂਅਲਟੀ ਹੋਰ ਬਹੁਤ ਜ਼ਿਆਦਾ ਘਰ ਕੀਤੀ ਹੋਈ ਹੈ, ਪਰ ਇਸ ਦੀਆਂ ਜਿਹੜੀਆਂ ਅਲਕਾਇਦਾ ਟਾਈਪ ਔਰਗਨਾਈਜੇਸ਼ਨ ਨੇ ਜਿਹਦੀਆਂ ਧਮਕੀਆਂ ਆ ਰਹੀਆਂ ਨੇ, ਉਹਨਾਂ ਕੋਲ ਇਸ ਤਰ੍ਹਾਂ ਦਾ ਬਹੁਤ ਸਾਰਾ ਹਿਊਮਨ ਮਟੀਰੀਅਲ ਹੈਗਾ ਹੈ, ਹਥਿਆਰ ਵੀ ਹੈਗੇ ਨੇ ਕਿ ਉਹ ਨੁਕਸਾਨ ਕਰ ਸਕਦੇ। ਬਿਲਕੁਲ, ਸਾਡੀ ਪ੍ਰੋਬਲਮ ਇਹ ਹੈ ਹਿੰਦੁਸਤਾਨ ਦੀ ਕਿ ਜਿਹੜੇ ਅਸੀਂ ਇਹ ਟੀਵੀਆਂ ਦੇ ਵਿੱਚ ਪਾੜ ਲਏ ਸਪੋਕਸਪਰਸਨ ਬਣਾ ਕੇ, ਇਹ ਵਿਚਾਰੇ ਜੀ ਲੜਨ ਵਾਲਾ ਕੌਣ ਹੈ, ਇਹ ਤਾਂ ਜੀ ਇੱਕ ਨਾਲ ਥੋੜ੍ਹੀ ਬਹੁਤ ਹੋ ਗਈ, ਇਹ ਉੱਥੇ ਲੋਕਲ ਪੈਂਚਰਾਂ ਵਾਲਿਆਂ ਨੂੰ ਕੁੱਟ ਕੱਟ ਕੇ ਤਾਂ ਕੰਮ ਸਰਨਾ ਨਹੀਂ, ਫਿਰ ਇੰਨੀ ਸਾਡੀ ਹਿੰਮਤ ਨਹੀਂ ਹੈ ਕਿ ਉਹਨਾਂ ਨਾਲ ਅਸੀਂ ਪੰਗਾ ਲੈ ਸਕੀਏ, ਉਸ ਡਰ 'ਚੋਂ ਫਿਰ ਨਿਕਲਿਆ ਫਟਾਫਟ ਵੀ ਇਹਨਾਂ ਨੂੰ ਡਿਸਆਨ ਕਰਤਾ ਜਾਵੇ, ਪਰ ਹੁਣ ਕਿਉਂਕਿ ਨਫ਼ਰਤ ਦੀ ਅਸੀਂ ਫਸਲ ਬੀਜ ਇੰਨੀ ਲਈ ਹੈ, ਹੁਣ ਸਾਰੇ ਲੋਕ ਜਿਹੜੇ ਤੁਸੀਂ ਇੰਨੇ ਨਫ਼ਰਤੀ ਬਣਾ ਦਿੱਤੇ ਨੇ ਉਹ ਇਹਨਾਂ ਨੂੰ ਗਾਲਾਂ ਕੱਢਣ ਲੱਗੇ ਹੋਏ ਨੇ। ਇਹ ਵੀ ਇੱਕ ਇਹਦੀ ਇੱਕ ਫਾਲਬੈਕ ਵੀ ਤਾਂ ਹੁੰਦਾ ਹਰ ਚੀਜ਼ ਦਾ, ਜਿਹੜਾ ਬੰਦਾ ਜੋ ਬੀਜਦਾ ਉਹ ਵੱਢਣਾ ਪੈਂਦਾ। ਦੇਖੋ ਹਿਟਲਰ ਨੇ ਜੋ ਬੀਜਿਆ ਉਹਨੇ ਵੱਢਿਆ,
ਬਿਲਕੁਲ ਜਰਮਨੀ ਨੇ ਹੁਣ ਤੱਕ ਮਤਲਬ ਭੁਗਤ ਰਹੇ ਨੇ ਇਸ ਗੱਲ ਨੂੰ। ਇਸੇ ਤਰੀਕੇ ਦੇ ਨਾਲ ਸਾਡੇ ਜਿਹੜੀ ਨਫ਼ਰਤ ਦੀ ਰਾਜਨੀਤੀ ਹੋਈ ਉਹਦਾ ਸ਼ਿਕਾਰ ਪਹਿਲਾਂ ਇੰਦਰਾ ਗਾਂਧੀ ਹੋਈ, ਸ਼ੁਰੂ ਉੱਥੋਂ ਹੋਈ ਸੀ, ਬੇਸ਼ੱਕ ਸਿੱਖਾਂ ਦੇ ਨਾਲ ਪੰਗਾ ਪਿਆ, ਅੱਜ ਤੱਕ ਉਹ ਚੱਲ ਰਿਹਾ। ਬੰਗਲਾਦੇਸ਼ ਦੇ ਵਿੱਚ ਅਸੀਂ ਮਤਲਬ ਪਹਿਲਾਂ ਤਾਮਿਲਾਂ ਨੂੰ ਭੜਕਾਇਆ, ਖੜੇ ਕੀਤਾ, ਬਾਅਦ ਵਿੱਚ ਰਾਜੀਵ ਗਾਂਧੀ ਉਹਦਾ ਸ਼ਿਕਾਰ ਬਣਿਆ। ਬਿਲਕੁਲ ਸਾਡੇ ਸਾਊਥ ਏਸ਼ੀਆ ਦੇ ਵਿੱਚ ਜੇ ਤੁਸੀਂ ਦੇਖੋ, ਪਾਕਿਸਤਾਨ ਦੇ ਵਿੱਚ ਵੀ ਤੁਸੀਂ ਨਿਗਾਹ ਮਾਰ ਕੇ ਦੇਖੋ, ਲਿਆਕਤ ਅਲੀ ਤੋਂ ਲੈ ਕੇ ਜ਼ਿਆ ਉਲ ਹੱਕ ਤੱਕ ਸਾਡੇ ਪੋਲੀਟੀਕਲ ਮਰਡਰ ਬੜੀ ਆਮ ਜਿਹੀ ਚੀਜ਼ ਹੈ। ਜ਼ਿਆ ਉਲ ਹੱਕ ਨੇ ਬਹੁਤ ਜ਼ਿਆਦਾ ਤਾਲਿਬਾਨਾਈਜੇਸ਼ਨ ਉਹਨੇ ਕਰੀ ਹੈ, ਉਹ ਜਿਸ ਤਰ੍ਹਾਂ ਦੀ ਉਹਦੀ ਮੌਤ ਹੋਈ ਪਤਾ ਹੀ ਹੈ ਆਪਾਂ ਨੂੰ। ਸੋ ਇਹ ਸਾਡੇ ਜਿਹੜੇ ਲੀਡਰ ਨੇ ਜਾਂ ਪੋਲੀਟੀਕਲ ਅਲੀਟ ਹੈ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਦੀ ਬੁੱਧੀ ਕੰਮ ਕਿਉਂ ਨਹੀਂ ਕਰਦੀ ਕਿ ਜਦੋਂ ਤੁਸੀਂ ਇਹ ਕੰਮ ਕਰੋਗੇ ਇਹਦਾ ਸਿੱਟਾ ਇਸ ਤਰ੍ਹਾਂ ਦਾ ਹੀ ਨਿਕਲਣਾ। ਆਮ ਲੋਕ ਤਾਂ ਭੁਗਤਣਗੇ ਹੀ ਭੁਗਤਣਗੇ, ਆਮ ਲੋਕ ਤਾਂ ਪਾਰਟੀਸ਼ਨ ਦੇ ਹੁਣ ਤੱਕ ਉਜੜੇ ਫਿਰ ਰਹੇ, ਪਰ ਇਹਨਾਂ ਨੂੰ ਵੀ ਕੌਣ ਬਚਾਊਗਾ? ਸੋਚ ਨਹੀਂ ਹੈ ਬਿਲਕੁਲ। ਸਿਕਿਉਰਟੀਆਂ ਲੈ ਕੇ ਜੈੱਡ ਸਿਕਿਉਰਟੀ, ਪਤਾ ਨਹੀਂ ਕੋਈ ਵਾਈ ਸਿਕਿਉਰਟੀ, ਪਤਾ ਨਹੀਂ ਕੀ ਕੁਛ ਕਰਦੇ ਫਿਰਦੇ ਨੇ, ਪਾਗਲਾਂ ਵਾਲੀ ਜ਼ਿੰਦਗੀ। ਪਰ ਉਸ ਫਰੇਮ 'ਚ ਲੱਗਦਾ ਇਹਨਾਂ ਨੂੰ ਕਿ ਵੀ ਸਾਡਾ ਕੋਈ ਕੀ ਵਿਗਾੜ ਦੂਗਾ, ਸਾਡੇ ਕੋਲ ਸੱਤਾ ਨਹੀਂ। ਐਸਾ ਮੇਰੇ ਖਿਆਲ ਦੇ ਵਿੱਚ ਇਸ ਪਲੈਨਟ 'ਤੇ ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂ ਜਿਹੜਾ ਜਿਵੇਂ ਗੁਰਬਾਣੀ 'ਚ ਲਿਖਿਆ ਵੀ ਨਿਰਭਉ ਹੋਵੇ ਕੋਈ, ਜਿਹਨੂੰ ਡਰ ਨਹੀਂ ਲੱਗਦਾ, ਐਸਾ ਤਾਂ ਕੋਈ ਨਹੀਂ ਹੈ। ਜਿਹੜਾ ਦੂਜਿਆਂ ਨੂੰ ਡਰਾਉਂਦਾ ਇਹ ਤਾਂ ਡਰ ਤਾਂ ਉਹਦੇ ਅੰਦਰ ਪਹਿਲਾਂ ਹੀ ਬੈਠਾ ਹੈ, ਉਹਦੇ 'ਚੋਂ ਨਿਕਲਦਾ। ਮੈਨੂੰ ਡਰਾਉਣ ਦੀ ਕਿਸੇ ਨੂੰ ਲੋੜ ਤਾਂ ਪਊਗੀ ਕਿਉਂਕਿ ਮੈਂ ਡਰ ਰਿਹਾ, ਮੈਂ ਦੂਜੇ ਲਈ ਖਤਰਾ ਖੜਾ ਤਾਂ ਕਰੂੰਗਾ ਜਾਂ ਖਤਰਨਾਕ ਬਣਨ ਦੀ ਤਾਂ ਕੋਸ਼ਿਸ਼ ਕਰੂੰਗਾ ਕਿਉਂਕਿ ਮੈਨੂੰ ਖੁਦ ਖਤਰਾ ਲੱਗ ਰਿਹਾ ਹੈ, ਅਦਰਵਾਈਜ਼ ਤਾਂ ਲੋੜ ਹੀ ਕੋਈ ਨਹੀਂ ਹੈ। ਇੰਨੇ ਸਾਰੇ ਗਾਰਡ ਲੈ ਕੇ ਆਲੇ ਦੁਆਲੇ ਦਗੜ ਦਗੜ ਕਰਦੇ ਭੱਜੇ ਫਿਰਦੇ, ਰੁਫਲਾਂ ਹੋਰ ਸਾਰਾ ਕੁਛ ਅਮਲਾ ਫੈਲਾ, ਮਤਲਬ ਉਹ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਡਰਾਓਗੇ, ਖਤਰਨਾਕ ਬਣੋਗੇ, ਖਤਰਾ ਖੜਾ ਕਰੋਗੇ, ਤੁਸੀਂ ਉਹਦਾ ਸ਼ਿਕਾਰ ਹੋਵੋਗੇ। ਇਹ ਤਾਂ ਕੁਦਰਤੀ ਗੱਲ ਹੈ, ਇਹਦੇ 'ਚ ਕੋਈ ਮਤਲਬ ਇਹ ਤਾਂ ਨਿਊਟਨ ਦੇ ਲਾਅ ਵਰਗੀ ਗੱਲ ਹੈ ਕਿ ਜਿੱਥੇ ਐਕਸ਼ਨ ਹੋਊਗਾ ਉਹਦਾ ਰਿਐਕਸ਼ਨ ਹੋਣਾ ਹੀ ਹੋਣਾ ਹੈ। ਸੋ ਅਸੀਂ ਸਾਡੀ ਅਨਫਾਰਚੁਨੇਟ ਸਥਿਤੀ ਇਹ ਹੈ ਕਿ ਸਾਡੀ ਸਟੇਟ ਹੇਟ ਨੂੰ ਨਫ਼ਰਤ ਨੂੰ ਸਪੌਂਸਰ ਕਰਨ ਲੱਗ ਗਈ, ਪਰ ਕਰਨ ਇਸ ਕੋਸ਼ਿਸ਼ ਕਰਦੇ ਰਹੇ ਵੀ ਜਿਵੇਂ ਕੁਛ ਨਹੀਂ ਹੋਣਾ, ਕੋਈ ਗੱਲ ਨਹੀਂ ਹੈ, ਐਵੇਂ ਹੀ ਹੈ, ਤਾਂ ਕਿਉਂ ਅਸੀਂ ਇਹਨੂੰ ਕੰਟਰੋਲ ਕਰ ਲਵਾਂਗੇ ਥੋੜ੍ਹਾ ਬਹੁਤ, ਅਸੀਂ ਆਪਣੇ ਘਰ ਨੂੰ ਥੋੜ੍ਹੀ ਜਿਹੀ ਚੁੱਲ੍ਹੇ 'ਚ ਬਾਲੀ ਹੋਈ ਅੱਗ ਹੋਰ ਚੀਜ਼ ਹੁੰਦੀ। ਪਰ ਬੰਦੇ ਸਭ ਇੱਕ ਹੋਰ ਇਸ਼ੂ ਵੀ ਆਪਾਂ ਜੋੜ ਕੇ ਦੇਖ ਸਕਦੇ ਹਾਂ ਜੇਕਰ ਇਹਦੇ ਨਾਲ ਕਿ ਮੁਸਲਿਮ ਨਾ ਵਿਰੁੱਧ ਕਿੰਨਾ ਕੁਛ ਚੱਲਦਾ, ਦੂਜੇ ਪਾਸੇ ਸਿੱਖਾਂ ਨੂੰ ਇਹ ਗੱਲ ਜਿਤਾਈ ਜਾ ਰਹੀ ਹੈ ਕਿ ਤੁਸੀਂ ਸਾਡੇ ਬਹੁਤ ਨੇੜੇ ਹੋ, ਜੋੜ ਸਕਦੇ ਹਾਂ ਆਪਾਂ ਦੋਨੋਂ ਗੱਲਾਂ ਨੂੰ ਇਹਨਾਂ ਨੂੰ? ਨਹੀਂ, ਸਿੱਖਾਂ ਨੂੰ ਨੇੜੇ ਨਹੀਂ, ਦੇਖੋ ਦੋ ਚੀਜ਼ਾਂ ਨੇ, ਜਿਹੜੀ ਆਰ ਐੱਸ ਐੱਸ ਦੀ ਆਈਡੀਆਲੋਜੀ ਹੈ ਉਹਨਾਂ ਦਾ ਇਹ ਵੀ ਸਿੱਖ ਹੈ ਜਿਹੜੀ ਸਾਡੀ ਇੱਕ ਹਥਿਆਰਬੰਦ ਹਿੱਸਾ ਹੈ ਜਿਹੜਾ ਕਿ ਮੁਗਲਾਂ ਦੇ ਨਾਲ ਲੜਦਾ ਵੀ ਰਿਹਾ, ਅਤੇ ਇਹ ਸਾਨੂੰ ਅੱਛਾ ਇਹ ਵੀ ਠੀਕ ਵੀ ਹੈ, ਸੱਚੀ ਗੱਲ ਵੀ ਹੈ, ਨੌਵੇਂ ਗੁਰੂ ਨੇ ਸ਼ਹਾਦਤ ਦਿੱਤੀ, ਤਿਲਕ ਜੰਝੂ ਕਾ ਰਾਖਾ ਆਪਾਂ ਕਹਿੰਦੇ ਵੀ ਹਾਂ ਵੀ ਉਹਨੇ ਬਚਾਇਆ ਉਹਨਾਂ ਨੂੰ। ਉਹ ਸਿੱਖਾਂ ਨੂੰ ਚਾਹੁੰਦੇ ਨੇ ਵੀ ਸਿੱਖ ਸਾਡੇ ਮੂਹਰੇ ਲੱਗ ਕੇ ਮੁਸਲਮਾਨਾਂ ਨਾਲ ਲੜਨ, ਇਹ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੈ। ਉਹ ਕਸ਼ਮੀਰ 'ਚ ਤੁਹਾਨੂੰ ਯਾਦ ਆਉਣਾ ਇੱਕ ਲੜਕੀ ਨੇ ਵਿਆਹ ਕਰਾ ਲਿਆ ਸੀ ਸਿੱਖਾਂ ਦੀ ਨੇ ਮੁਸਲਿਮ ਦੇ ਨਾਲ, ਉਹਨੂੰ ਮਾਈਨਰ ਡਿਕਲੇਅਰ ਕਰਕੇ ਉਹਦਾ ਵਿਆਹ ਕੈਂਸਲ ਕਰਕੇ, ਆਪਣੇ ਬਹੁਤ ਜਿਹੜੇ ਐਕਟਿਵ ਜੇ ਸਿੱਖ ਲੀਡਰ ਨੇ ਬੀਜੇਪੀ ਦੇ, ਕੀ ਨਾਮ ਹੈ ਉਹਨਾਂ ਦਾ ਜਿਹੜੇ ਪਹਿਲਾਂ ਬੀਜੇਪੀ ਤੋਂ ਬਾਹਰ ਸੀ ਚਲੇ ਗਏ ਜੀ, ਉਹ ਸਿਰਸਾ ਸਾਹਿਬ ਉਹ ਭੱਜਿਆ ਗਿਆ ਉੱਥੇ, ਉੱਥੋਂ ਲਿਆ ਕੇ ਚੱਕ ਕੇ ਉਹਨੇ ਸਾਰਾ ਮਨਜੀਤ ਸਿੰਘ ਜੀ ਕੇ ਨਾ ਨਾ ਸਿਰਸਾ ਆਪਣੇ ਮਨਜਿੰਦਰ ਸਿੰਘ ਸਿਰਸਾ, ਮਨਜਿੰਦਰ ਸਿੰਘ ਸਿਰਸਾ ਇਹੀ ਸੀਗੇ ਬੰਦੇ। ਸੋ ਉਹ ਉਹਨਾਂ ਨੂੰ ਇੱਦਾਂ ਦੇ ਬੰਦੇ ਚਾਹੀਦੇ ਨੇ ਕਿ ਜਿਹੜੇ ਬਹੁਤ ਐਕਟਿਵ ਹੋ ਕੇ ਮਤਲਬ ਸਿੱਖਾਂ ਦੇ ਲੀਡਰ ਬਣ ਜਾਣ, ਅਤੇ ਫਿਰ ਉਹ ਮੂਹਰੇ ਹੋ ਕੇ ਮੁਸਲਮਾਨਾਂ ਦੇ ਨਾਲ ਲੜਨ ਅਤੇ ਸਾਡੀ ਰੱਖਿਆ ਕਰਨ, ਇਹ ਉਹਨਾਂ ਦਾ ਵਿਸ਼ਵਾਸ ਹੈ ਕਿ ਸਾਡਾ ਹਿੱਸਾ ਹੈ ਇਹ। ਇਸ ਕਰਕੇ ਉਹਦੇ 'ਚੋਂ ਸਾਰੇ ਸਾਧੂ ਸੰਤ ਹੋਰ ਉਹਨਾਂ ਨੂੰ ਜੁੱਫੀਆਂ ਪਾਈਆਂ ਜਾ ਰਹੀਆਂ ਨੇ। ਜਿਹੜਾ ਸਿੱਖ ਉਹਨਾਂ ਵੱਲ ਮਾੜਾ ਮੋਟਾ ਨਾਲ ਨਹੀਂ ਹੈ ਜਾਂ ਔਖਾ ਹੈ, ਉਹਨੂੰ ਅਕਾਲੀ ਦਲ ਦੇ ਨਾਲ ਕਦੀ ਸਾਂਝ ਸੀ ਉਹਨਾਂ ਦੀ ਪੁਰਾਣੀ, ਉਹ ਟੁੱਟਣ ਨੂੰ 2 ਮਿੰਟ ਨਹੀਂ ਲੱਗੇ। ਜਿਹੜਾ ਉਹਨਾਂ ਨੂੰ ਪਾਵਰ ਦੇ ਵਿੱਚ ਸੁਰੱਖਿਅਤ ਰੱਖਣ ਦੇ ਲਈ ਜਿਸ ਤਰ੍ਹਾਂ ਦੀ ਸਿੱਖੀ ਕੰਮ ਆਉਂਦੀ ਹੈ ਉਹਨਾਂ ਦੇ, ਉਹ ਮਨਜ਼ੂਰ ਹੈ। ਜਿਹੜੀ ਉਹਦੇ ਉੱਪਰ ਸਵਾਲ ਖੜਾ ਕਰਦੀ ਹੈ ਕੋਈ ਸਿੱਖ ਹੈ, ਚਾਹੇ ਉਹ ਜਥੇਦਾਰ ਹਰਪ੍ਰੀਤ ਸਿੰਘ ਹੈ, ਚਾਹੇ ਉਹ ਲਖੀਮਪੁਰ ਖੇੜੀ ਦੇ ਕਿਸਾਨ ਸੀਗੇ, ਉਹ ਉਹਨਾਂ ਲਈ ਤਾਂ ਫਿਰ ਉਹੀ ਕੁਛ ਹੈ ਜੋ ਬਚਦਾ, ਉਹਨਾਂ ਲਈ ਤਾਂ ਮਤਲਬ ਮੌਤ ਹੀ ਹੈ, ਉਹ ਸਜ਼ਾ ਹੀ ਹੈ ਉਹਨਾਂ ਲਈ। ਮਤਲਬ ਸਿੱਖ ਬੰਦੀ ਜਿਹੜੇ ਬੈਠੇ ਨੇ ਅੰਦਰ, ਜਿਹੜੇ ਜਿਹਨਾਂ ਦਾ ਇੰਨਾ ਰੌਲਾ ਪੈ ਰਿਹਾ ਹੈ, ਉਹਨਾਂ ਨੂੰ ਛੱਡਣ ਦੇ ਵਿੱਚ ਕੀ ਪ੍ਰੋਬਲਮ ਹੈ? ਨਾ ਕੇਜਰੀਵਾਲ ਅਤੇ ਨਾ ਸੈਂਟਰ ਸਰਕਾਰ ਕੋਈ ਵੀ ਤਿਆਰ ਨਹੀਂ ਹੈ, ਹਾਲਾਂਕਿ ਉਹ ਵਿਚਾਰੇ ਬੁੜੇ ਹੋਏ ਹੋਏ ਨੇ, ਉਹਨਾਂ ਤੋਂ ਕੁਛ ਨਹੀਂ ਹੋਣਾ, ਜੇ ਬਾਹਰ ਵੀ ਆ ਜਾਣ ਉਹ ਤਾਂ ਕੋਈ ਐਡੀ ਗੱਲ ਨਹੀਂ ਹੈ,
ਉਹ ਆਪਣੀ ਸਜ਼ਾ ਜਿਹੜੀ ਕਚਹਿਰੀਆਂ ਵੱਲੋਂ ਮਿਲੀ ਸੀ ਉਹ ਭੁਗਤ ਚੁੱਕੇ ਨੇ ਉਹ ਕੋਈ ਕੋਈ ਗੱਲ ਨਹੀਂ ਹੈ ਉਹ ਆਪਣੇ ਆਪ 'ਚ ਪਰ ਉਹਦੇ 'ਚੋਂ ਵੀ ਉਹ ਥੋੜ੍ਹਾ ਬਹੁਤ ਛੱਡਣਗੇ ਉਦੋਂ ਜਦੋਂ ਕੋਈ ਸਿਆਸਤ ਨਿਕਲਿਆ ਆਵੇ ਥੋੜ੍ਹਾ ਬਹੁਤ ਕੋਈ ਫਾਇਦਾ ਹੁੰਦਾ ਜਿਵੇਂ ਕਾਲੀ ਸੂਚੀ ਖਤਮ ਕੀਤੀ ਸੀ ਸ਼ੁਰੂ ਸ਼ੁਰੂ 'ਚ ਹਾਂ ਸੋ ਇੱਦਾਂ ਉਹਨਾਂ ਨੂੰ ਛੱਡ ਛਡਾ ਕੇ ਜਿਹੜੇ ਉਸ ਤਰ੍ਹਾਂ ਦੇ ਫਾਇਦਾ ਦੇਣ ਵਾਲੇ ਬੰਦੇ ਨੇ ਆਪਣੇ ਸਿਮਰਨਜੀਤ ਮਾਨ ਹੋ ਗਏ ਜਿਹੜੇ ਭੁਟਕਾਹਤੀਆਂ ਗੱਲਾਂ ਕਰਨ ਫਿਰ ਉਹ ਖਾਲਿਸਤਾਨ ਦਾ ਖਤਰਾ ਜਿਹਾ ਖੜਾ ਕਰ ਲਿਆ ਜਾਵੇ ਮਤਲਬ ਇਸ ਤਰ੍ਹਾਂ ਦਾ ਹੈ ਉਹ ਉਸ ਵਿੱਚ ਮੈਨੂੰ ਇਹ ਲੱਗਦਾ ਵੀ ਇਹ ਦੇਖਣ ਨੂੰ ਤਾਂ ਕਈ ਵਾਰ ਬਹੁਤ ਚਲਾਕੀ ਸਿਆਣਪ ਜਾਂ ਕਈ ਕਹਿੰਦੇ ਹੁੰਦੇ ਨੇ ਵੀ ਜੇ ਸਾਡਾ ਲੀਡਰ ਬੜਾ ਚਾਣਕੀ ਹੈ ਫਲਾਣਾ ਮੈਨੂੰ ਲੱਗਦਾ ਵੀ ਇਹ ਮੂਰਖਤਾ ਤੋਂ ਵੱਧ ਕੁਛ ਨਹੀਂ ਹੈ ਉਹ ਆਪਣੀ ਗੇਮ 'ਚ ਆਪੇ ਹੀ ਫਸ ਜਾਂਦੇ ਨੇ ਆਪੇ ਹੀ ਆਲੇ ਦੁਆਲੇ ਸਿਕਿਉਰਿਟੀ ਲੈ ਕੇ ਭੱਜੇ ਫਿਰੀ ਜਾਂਦੇ ਨੇ ਆਪੇ ਨਾਲੇ ਡਰੀ ਜਾਂਦੇ ਨੇ ਨਾਲੇ ਦੂਜਿਆਂ ਨੂੰ ਡਰਾਈ ਜਾਂਦੇ ਨੇ ਇਹ ਕਿਸਮ ਦੀ ਦਲਦਲ ਹੈ ਸਿਆਸੀ ਇਹਦੇ 'ਚੋਂ ਕੋਈ ਨਹੀਂ ਨਿਕਲ ਸਕਿਆ ਅਜੇ ਤੱਕ ਇਹਨਾਂ ਨੂੰ ਭੁਲੇਖਾ ਹੈ ਬਹੁਤ ਵੱਡਾ ਇਹ ਲੱਗਦਾ ਹੁੰਦਾ ਹੈ ਕਈ ਵਾਰੀ ਵੀ ਅਸੀਂ ਢਾ ਲਿਆ ਅਸੀਂ ਖਾ ਲਿਆ ਅਸੀਂ ਮਤਲਬ ਸਾਰਿਆਂ ਨੂੰ ਦਬਾ ਲਿਆ ਇੱਦਾਂ ਕਦੇ ਨਹੀਂ ਹੋਇਆ ਇਤਿਹਾਸ ਦੇ ਵਿੱਚ ਸਾਰੀ ਮਨੁੱਖਤਾ ਦਾ ਇਤਿਹਾਸ ਦੇਖ ਲਓ ਪਰ ਉਹ ਆਪਣੇ ਆਪ ਨੂੰ ਮਤਲਬ ਉਹ ਸੰਤੁਸ਼ਟ ਕਰਦੇ ਨੇ ਹਾਂ ਉਹ ਸਾਡੀ ਈਗੋ ਹੈ ਨਾ ਐਕਚੁਅਲੀ ਪਤਾ ਕੀ ਹੈ ਜੇ ਤੁਸੀਂ ਉਹਨੂੰ ਸਾਈਕੋਲੋਜੀਕਲੀ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਈਗੋ ਹੈ ਮੇਰੀ ਈਗੋ ਹੈ ਜਿਹੜੀ ਉਹ ਮੈਨੂੰ ਕੰਪੈਲ ਕਰੂਗੀ ਕਿ ਮੈਂ ਦੂਜੇ ਨੂੰ ਛੋਟਾ ਕਰਕੇ ਵੱਡਾ ਹੋਵਾਂ ਸਧਾਰਨ ਜਿਹਾ ਫਾਰਮੂਲਾ ਹੈ ਜੇ ਮੇਰੀ ਈਗੋ ਬਹੁਤ ਕਮਜ਼ੋਰ ਹੈ ਤਾਂ ਫਿਰ ਮੈਂ ਕਿਸੇ ਵੱਡੀ ਈਗੋ ਦੇ ਨਾਲ ਜੁੜ ਜਾਊਂਗਾ ਮੈਂ ਗਰੁੱਪ ਦੀ ਈਗੋ ਨਾਲ ਜੁੜ ਜਾਊਂਗਾ ਤੁਸੀਂ ਇਹ ਦੇਖਿਓ ਆਮ ਤੌਰ 'ਤੇ ਇਹਨਾਂ ਕੰਮਾਂ 'ਚ ਬਹਿੰਦੇ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਇੰਡੀਵਿਜੁਅਲੀ ਜ਼ਿਆਦਾ ਸਟਰੋਂਗ ਨਹੀਂ ਹੁੰਦੇ ਇੰਡੀਵਿਜੁਅਲੀ ਤਾਂ ਬਹੁਤ ਵੀਕ ਹੁੰਦੇ ਨੇ ਉਹਨਾਂ ਨੂੰ ਆਸਰਾ ਚਾਹੀਦਾ ਹੁੰਦਾ ਕਿ ਸਾਡਾ ਧਰਮ ਸਾਡਾ ਦੇਸ਼ ਸਾਡਾ ਪੰਥ ਸਾਡਾ ਲੱਕ ਅਸੀਂ ਬੜੀ ਘੈਂਟ ਉਹ ਖਾਲੀਪਣ ਜੋ ਹੈਗਾ ਉਹਨੂੰ ਭਰਨ ਦੀ ਕੋਸ਼ਿਸ਼ ਕਰਦੇ ਨੇ ਇਕੱਲੇ ਤੋਂ ਤਾਂ ਭਰਿਆ ਨਹੀਂ ਜਾਂਦਾ ਭਰਿਆ ਨਹੀਂ ਜਾਂਦਾ ਬਿਲਕੁਲ ਇਕੱਲੇ ਤਾਂ ਘਰ ਵਾਲੇ ਛਿੱਤਰ ਮਾਰਦੇ ਨੇ ਮੈਂ ਧੇਲੇ ਵੱਟੇ ਮੁਹੱਲੇ 'ਚ ਨਹੀਂ ਪੁੱਛਦਾ ਫਿਰ ਉਹ ਕਹਿੰਦੇ ਵੀ ਹਮ ਹੈ ਅਸੀਂ ਬੜੀ ਘੈਂਟ ਚੀਜ਼ ਹਾਂ ਅਸੀਂ ਜੱਟ ਹੁੰਦੇ ਹਾਂ ਦੇਖੋ ਨਾ ਆਪਣੇ ਕਿੰਨਾ ਰੌਲਾ ਪੈਂਦਾ ਮੈਨੂੰ ਤਾਂ ਮੈਂ ਹੈਰਾਨ ਹਾਂ ਵੀ ਜੱਟਾਂ ਦੀ ਫੈਮਿਲੀ ਨੂੰ ਬੁਲਾਉਂ ਮੈਂ ਤਾਂ ਇੱਦਾਂ ਦੇ ਜੱਟ ਨਹੀਂ ਕਿਸੇ ਦੇਖੇ ਵੀ ਜਿਹੜੇ ਇੱਦਾਂ ਕਰ ਦਿੰਦੇ ਹੁੰਦੇ ਨੇ ਜੱਟ ਉਹ ਕਰ ਦਿੰਦੇ ਨੇ ਮਤਲਬ ਇਹਨਾਂ ਨੇ ਕਦੇ ਹਾਲ ਨਹੀਂ ਫੜ ਕੇ ਦੇਖਿਆ ਕਦੇ ਵਿਚਾਰਿਆਂ ਨੂੰ ਮਤਲਬ ਜੱਟ ਤਾਂ ਮਤਲਬ ਉਹ ਤਾਂ ਵਿਚਾਰੇ ਦੇਖਦੇ ਰਹਿੰਦੇ ਨੇ ਵੀ ਕਿਤੇ ਸੁਸਾਇਟੀ ਵਾਲਿਆਂ ਦੀ ਕਾਰ ਤਾਂ ਨਹੀਂ ਆ ਗਈ ਬਾਹਰ ਬਿਲਕੁਲ ਉਹ ਤਾਂ ਭੱਜਣ ਨੂੰ ਤਿਆਰ ਰਹਿੰਦੇ ਨੇ ਉਹ ਤਾਂ ਖੁਦਕੁਸ਼ੀਆਂ ਕਰ ਰਹੇ ਨੇ ਜਿਹੜੇ ਜੱਟਾਂ ਦੀ ਅਸਲੀ ਜਿਹੜਾ ਖੇਤੀ ਕਰਨ ਵਾਲਾ ਜੱਟ ਹੈ ਉਹਦੀ ਤਾਂ ਹਾਲਤ ਇਹ ਹੈ ਵਿਚਾਰੇ ਬਿਲਕੁਲ ਜਿਹੜੀ ਈਗੋ ਨੂੰ ਸੈਟਿਸਫੈਕਸ਼ਨ ਮਿਲਦੀ ਹੈ ਸਮੂਹਕ ਈਗੋ ਦੇ ਵਿੱਚੋਂ ਕਿ ਸਾਡਾ ਪੰਥ ਸਾਡਾ ਧਰਮ ਸਾਡਾ ਇਲਾਕਾ ਸਾਡੀ ਹਿਸਟਰੀ ਪੁਰਾਣੀ ਅਸੀਂ ਬੜੀ ਘੈਂਟ ਚੀਜ਼ ਹਾਂ ਇਹ ਉਹਦੇ 'ਚ ਇਹ ਜਿਹੜੇ ਕਮਜ਼ੋਰ ਜਿਹੇ ਬੰਦੇ ਨੇ ਉਹ 'ਚ ਉਹ ਫਸ ਜਾਂਦੇ ਨੇ ਦੰਗੇ ਹਮੇਸ਼ਾ ਦੰਗਿਆਂ 'ਚ ਜਿਹੜੇ ਲੋਕ ਸਾਹਮਣੇ ਉਹਦੀ ਤੁਸੀਂ ਕਦੇ ਸਟੱਡੀ ਕਰਕੇ ਦੇਖਿਓ ਕੌਣ ਹੁੰਦੇ ਨੇ ਕਦੇ ਤੁਹਾਨੂੰ ਉਹ ਵੱਡੀ ਉਮਰ ਦੇ ਮਚਿਓਰ ਸਿਆਣਾ ਬੰਦਾ ਤੁਹਾਨੂੰ ਕੋਈ ਨਹੀਂ ਮਿਲੇਗਾ ਭੜਕਾਹਟ ਵਾਲਾ ਕੋਈ ਹੋ ਸਕਦਾ ਇੱਕ ਅੱਧਾ ਵਿੱਚ ਆਮ ਤੌਰ 'ਤੇ ਯੂਥ ਜਿਹੜੇ 20 ਸਾਲ ਤੋਂ ਹੇਠ ਵਾਲੇ ਉਹੀ ਬੱਚੇ ਚਾਹੇ ਉਹ ਦਿੱਲੀ ਦੇ ਦੰਗਿਆਂ 'ਚ ਵੀ ਇਹੀ ਸੀ ਉਹ ਸਾਰੇ ਝੁੱਗੀਆਂ ਵਾਲੇ ਜਿਹੜੇ 20 ਸਾਲ ਤੋਂ ਹੇਠ ਵਾਲੇ ਸੀ ਉਹਨਾਂ ਨੂੰ ਵਰਤਿਆ ਔਰ ਪੁਲਿਸ ਉਹਨਾਂ ਨੂੰ ਵਰਤਦੀ ਸਟੇਟ ਵਰਤਦੀ ਆ ਉਹਨਾਂ ਜੀ ਸੋ ਇਹ ਇਹ ਸਾਡੀ ਅਨਫੋਰਚੁਨੇਟ ਚੀਜ਼ ਹੈ ਇਹ ਜਿਹੜੇ ਲੋਕ ਨੇ ਜਿਹੜੇ ਲੀਡ ਕਰ ਰਹੇ ਨੇ ਇਸ ਚੀਜ਼ ਨੂੰ ਉਹ ਉਸ ਮੈਂਟੈਲਿਟੀ 'ਚ ਹੀ ਨੇ 20 ਸਾਲ ਤੋਂ ਹੇਠਾਂ ਵਾਲੀ ਅਡੋਲਸੈਂਟ ਮੈਂਟੈਲਿਟੀ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਇਸ ਨਾਂ ਹੇਠ ਸਾਰੇ ਪਾਪ ਢੱਕ ਸਕਦੇ ਹਾਂ ਧਰਮ ਹੈ ਜਿਹੜਾ ਉਹਦੇ ਨਾਂ ਹੇਠ ਸਾਰੇ ਪਾਪ ਢੱਕੇ ਜਾਂਦੇ ਨੇ ਕਤਲ ਰੇਪ ਕਿੰਨੇ ਹੋਏ ਨੇ ਪਾਰਟੀਸ਼ਨ 'ਚ ਬਿਲਕੁਲ ਹਾਂ ਔਰਤਾਂ ਜਿਹੜੀਆਂ ਉਹ ਕਿਡਨੈਪ 3 ਲੱਖ ਮਰਡਰ ਹੋਇਆ ਮਤਲਬ 1.5 ਕਰੋੜ ਬੰਦਾ ਡਿਸਪਲੇਸ ਹੋਇਆ ਅਸੀਂ ਕੋਈ ਸਬਕ ਸਿੱਖਿਆ ਬਿਲਕੁਲ ਨਹੀਂ ਨਾ ਪਾਕਿਸਤਾਨੀਆਂ ਨੇ ਨਾ ਅਸੀਂ ਕਿਸੇ ਨੇ ਨਹੀਂ ਸਿੱਖਿਆ ਫਿਰ ਅਸੀਂ ਜਿਹੜੀਆਂ ਗੱਲਾਂ ਕਹਿ ਰਹੇ ਹਾਂ ਜੀ ਅਸੀਂ ਆਹ ਸਾਡਾ ਰਾਸ਼ਟਰ ਬਣ ਜਾਊਗਾ ਉਹਨਾਂ ਦਾ ਤਾਂ ਬਣਿਆ ਹੋਇਆ ਰਾਸ਼ਟਰ ਆਪਣੇ ਸਾਹਮਣੇ ਪਾਕਿਸਤਾਨ ਵਾਲਿਆਂ ਦਾ ਹਾਂ ਤੁਸੀਂ ਬੰਗਲਾਦੇਸ਼ ਨਿਕਲਿਆ ਹੀ ਹੈ ਖੁਸ਼ ਨੇ ਉਹ ਹਾਂ ਬਿਲਕੁਲ ਜਾ ਕੇ ਕੁਝ ਤਾਂ ਮੁਸਲਮਾਨ ਨੇ 100% ਖੁਸ਼ ਨੇ ਉਹ ਆਪਸ ਦੇ ਵਿੱਚ ਸੋ ਇਹ ਰਾਜਭਾਗ ਦੀ ਨਾਕਾਮੀ ਹੈ ਰਾਜਭਾਗ ਦੀ ਨਲਾਇਕੀ ਹੈ ਕਿ ਲੋਕਾਂ ਨੂੰ ਰੋਟੀ ਪਾਣੀ ਨਹੀਂ ਦੇ ਸਕਦੇ ਸ਼ੈਲਟਰ ਨਹੀਂ ਦੇ ਸਕਦੇ ਇਨਸਾਫ ਨਹੀਂ ਦੇ ਸਕਦੇ ਇਸ ਕਰਕੇ ਉਹਨਾਂ ਨੂੰ ਢੱਕਣ ਦੇ ਲਈ ਕੋਈ ਹੋਰ ਹੀ ਖੜਾ ਕਰ ਲਓ ਕਿਸੇ ਤੋਂ ਕਿਸੇ ਮੰਦਰ ਹੇਠੋਂ ਕੁਛ ਕੱਢ ਲਓ ਕਿਸੇ ਮਸੀਤ ਹੇਠੋਂ ਕੁਛ ਕੱਢ ਲਿਆਓ ਮਤਲਬ ਐਵੇਂ ਹੀ ਖਾਮ ਖਾ ਦੇਖੋ ਸਾਡੇ ਜਿਹੜੇ ਪੂਜਿਆ ਪੈਗੰਬਰ ਹੋਏ ਨੇ ਜਿੰਨੇ ਵੀ ਇਬਰਾਹੀਮ ਤੋਂ ਲੈ ਕੇ ਕਹਿ ਲਓ ਤੁਸੀਂ ਮੂਸਾ ਈਸਾ ਮੁਹੰਮਦ ਇੱਧਰ ਸਾਡੇ ਗੁਰੂ ਨਾਨਕ ਤੋਂ ਲੈ ਕੇ ਦਸੇ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਵੇਦਾਂ ਤੋਂ ਲੈ ਕੇ ਜਿਹੜੇ ਮਨੋਹਰਾਂ ਤੋਂ ਲੈ ਕੇ ਪਹਿਲਾਂ ਤੋਂ ਹੁਣ ਤੱਕ ਹੋ ਚੁੱਕੇ ਨੇ ਭਾਈ ਉਹ ਪਰ ਉਹਨਾਂ ਨੇ ਕਿਤੇ ਨਹੀਂ ਲਿਖਿਆ ਵੀ ਤੁਸੀਂ ਕਦੋਂ ਨੂੰ ਮਾਰੋ ਬਿਲਕੁਲ ਤੁਸੀਂ ਸਾਰੇ ਪੈਗੰਬਰਾਂ ਦੀ ਹਿਸਟਰੀ ਪੜ੍ਹੋ ਜੇ ਮਤਲਬ ਮੈਂ ਖੁਦ ਇਹ ਕਿਉਂਕਿ ਮੇਰਾ ਸੋਸ਼ੀਓਲੋਜੀ ਰਿਲੀਜਨ ਫੀਲਡ ਹੈ ਤੁਸੀਂ ਉਹਨਾਂ ਦੇ 2 ਹਿੱਸੇ ਹੁੰਦੇ ਨੇ ਇੱਕ ਤਾਂ ਉਹਨਾਂ ਨੇ ਕੀ ਕਿਹਾ ਮੈਸੇਜ ਕੀ ਦਿੱਤਾ ਇੱਕ ਉਹਨਾਂ ਨਾਲ ਅਸੀਂ ਕਹਾਣੀਆਂ ਜੋੜ ਲੈਂਦੇ ਹਾਂ ਕਹਾਣੀਆਂ ਤਾਂ ਅਸੀਂ ਜੋੜੀਆਂ ਹੁੰਦੀਆਂ ਨੇ ਉਹ ਜੋ ਕਿਹਾ ਜੋ ਮੁਹੰਮਦ ਸਾਹਿਬ ਨੇ ਕਿਹਾ ਉਹ ਕੁਰਾਨ 'ਚ ਲਿਖਿਆ ਹੋਇਆ ਪੜ੍ਹ ਕੇ ਦੇਖੋ
ਉਹ ਬਹੁਤ ਹੀ ਵਧੀਆ ਚੀਜ਼ ਹੈ ਇਨਸਾਨੀਅਤ ਦੀ ਉਹਦੇ 'ਚ ਮਤਲਬ ਲਿਖੀ ਹੋਈ ਸਭ ਤੋਂ ਉੱਚਾ ਰੁਤਬਾ ਗ੍ਰੰਥ ਸਾਹਿਬ ਦੇ ਵੀ ਸਭ ਤੋਂ ਉੱਚਾ ਰੁਤਬਾ ਪਰ ਇਹ ਕਿਹਾ ਵੀ ਰੱਬ ਇੱਕ ਹੈ ਭਾਈ ਪਰ ਸਾਰੇ ਹੀ ਉਹਦੇ ਬੱਚੇ ਨੇ ਸਾਰਿਆਂ ਨੂੰ ਪਿਆਰ ਕਰੋ ਮਤਲਬ ਇਹ ਮੈਂ ਖੁਦ ਟਰਾਂਸਲੇਟਡ ਕੁਰਾਨ ਪੜ੍ਹੀ ਮਤਲਬ ਉਹ ਐਵੇਂ ਥੋੜ੍ਹਾ ਇਸਲਾਮ ਫੈਲ ਗਿਆ ਸੀ ਬਿਲਕੁਲ ਇਸਲਾਮ ਜਦੋਂ ਫੈਲਿਆ ਉਦੋਂ ਗੁਲਾਮ ਹੁੰਦੇ ਸੀ ਬਹੁਤ ਬੁਰੀ ਹਾਲਤ ਸੀ ਉਹਨਾਂ ਦੀ ਉਹਨੇ ਕਿਹਾ ਕਿ ਜੇ ਗੁਲਾਮ ਨੇ ਉਹਨਾਂ ਦੇ ਵੀ ਰਾਈਟ ਨੇ ਕੋਈ ਪਰ ਇੱਥੇ ਤੱਕ ਕਿਹਾ ਵੀ ਜਿਹੜੇ ਤੁਹਾਡੇ 10 ਘਰਾਂ ਦੇ ਵਿੱਚ ਜੇ ਕੋਈ ਭੁੱਖਾ ਉਹ ਨਹੀਂ ਤਾਂ ਰੋਟੀ ਨਾ ਖਾਓ ਤੁਸੀਂ ਪਹਿਲਾਂ ਇਹ ਭਾਈਚਾਰਾ ਬਿਲਡ ਕਰਿਆ ਇਨਸਾਫ ਬਿਲਡ ਕਰਿਆ ਤਾਂ ਹੀ ਤਾਂ ਮੇਰਾ ਖਿਆਲ 50 ਸਾਲ ਵੀ ਨਹੀਂ ਲੱਗੇ ਉਦੀ ਦੁਨੀਆਂ ਦੇ ਰਾਜ ਹੋ ਗਿਆ ਸੀ ਉਹਨਾਂ ਬਿਲਕੁਲ ਉਹ ਮੂਰਖ ਥੋੜ੍ਹੇ ਸੀ ਜਿਹੜੇ ਰਾਜ ਦੇ ਵਿੱਚ ਇੱਕਦਮ ਉਹਨਾਂ ਦੇ ਨਾਲ ਰਲ ਗਏ ਲੋਕ ਸਾਡੇ ਉਲਟ ਸੀ ਸਾਡੇ ਜਾਤ ਪਾਤ ਸੀਗੀ ਅਸੀਂ ਲੋਕਾਂ ਦੇ ਵਿੱਚੋਂ ਸਿਰਫ 10% ਲੋਕਾਂ ਨੂੰ ਅਸੀਂ ਪੜ੍ਹਨ ਦੀ ਅਤੇ 10% ਨੂੰ ਅਸੀਂ ਸ਼ਾਸਤਰ ਸਿੱਖਣ ਦੀ ਇਜਾਜ਼ਤ ਦਿੱਤੀ 50% ਔਰਤਾਂ ਨਹੀਂ ਸੀ ਪੜ੍ਹ ਸਕਦੀਆਂ ਬਾਕੀ ਸ਼ੂਦਰ ਵੈਸ਼ ਸੀਗੇ ਸਾਨੂੰ ਤਾਂ ਕੋਈ ਵੀ ਕੁੱਟ ਲੈਂਦਾ ਆ ਕੇ ਹੁਣ ਵੀ ਸਾਨੂੰ ਕੋਈ ਕੁੱਟ ਲੈਂਦਾ ਹਾਂ ਬਿਲਕੁਲ ਹੁਣ ਵੀ ਇਹ ਹਾਲਾਤ ਨੇ ਦੇਖੋ ਨਾ ਉਹ ਤਾਂ ਟ੍ਰਾਈਬਲ ਲੋਕ ਸੀ ਉਹਨਾਂ ਦੇ 100% ਲੋਕ ਔਰਤਾਂ ਵੀ ਹਥਿਆਰ ਚਲਾਉਣੇ ਜਾਣਦੀਆਂ ਸੀ ਘੋੜ ਸਵਾਰੇ ਜਾਣਦੀਆਂ ਸੀ ਸਾਡੇ ਅਸੀਂ ਬਾਕੀਆਂ ਨੂੰ ਤਾਂ ਕੱਟਤਾ ਕਿ ਤੁਸੀਂ ਤਾਂ ਗੋਡੇ ਕੁੱਟਣ 'ਤੇ ਪੈਰ ਧੋ ਕੇ ਪੀਣ 'ਤੇ ਹੋ ਜਾਓ ਭਾਈ ਅਸੀਂ ਸਾਡੇ ਬ੍ਰਾਹਮਣ ਅਤੇ ਖਤਰੀ ਰਾਜ ਕਰਨਗੇ ਬ੍ਰਾਹਮਣ ਨੇ ਵੀ ਵਿਚਾਰੇ ਨੇ ਪੜ੍ਹਨਾ ਹੀ ਸੀ ਪੂਜਾ ਪਾਜਾ ਟਿੱਕਾ ਟੁੱਕਾ ਹੀ ਲਾਉਣਾ ਸੀ ਖਤਰੀ ਉਹ ਰਹਿ ਗਏ ਨਾ ਫਿਰ ਬਿਲਕੁਲ ਉਹ ਹਾਰਡਲੀ 6-7% ਰਹਿ ਜਾਂਦੇ ਸੀ ਜੇ ਉਹਨਾਂ 'ਚ ਬੁੜੇ ਬੱਚੇ ਔਰਤਾਂ ਕੱਢਦੀ ਬਿਲਕੁਲ ਉਹ ਕਿੱਥੋਂ ਤੁਹਾਡੀ ਰਾਖੀ ਕਰਨਗੇ ਬਿਲਕੁਲ ਅੱਜ ਦੀ ਡੇਟ 'ਚ ਤੁਸੀਂ ਦੇਖੋ ਫੌਜ ਦੇ ਵਿੱਚ ਡਾਟਾ ਜਿਹੜਾ ਕਿੰਨੇ ਗੁਜਰਾਤੀ ਜਰਨੈਲ ਨੇ ਕਿੰਨੇ ਸਾਡੇ ਜਿਹੜੇ ਇਹਨਾਂ ਜਾਤਾਂ ਦੇ ਜਿਹੜੀਆਂ ਕਮਰਸ ਦੇ ਨਾਲ ਹੋਰ ਇਹਨਾਂ ਚੀਜ਼ਾਂ ਨਾਲ ਡੀਲ ਕਰਦੇ ਨੇ ਉਹਨਾਂ ਦੇ ਕਿੰਨੇ ਕੁ ਜਰਨੈਲ ਹੋਏ ਨੇ ਦੇਖਿਓ ਤਾਂ ਮਾੜਾ ਜਿਹਾ ਤੁਹਾਨੂੰ ਸਮਝ ਆ ਜੂਗਾ ਸੋ ਅਸੀਂ ਆਪੇ ਇੱਕ ਬਿਮਾਰ ਸੁਸਾਇਟੀ ਪੈਦਾ ਕੀਤੀ ਹੋਈ ਹੈ ਅਸੀਂ ਪੰਗੇ ਗਲਤ ਲੈ ਰਹੇ ਹਾਂ ਇਹਦੇ ਰਿਜ਼ਲਟ ਮੇਰਾ ਖਿਆਲ ਬੜੇ ਭੈੜੇ ਨਿਕਲਣਾ ਇਹਦਾ ਪਰਮਾਤਮਾ ਇਹਨਾਂ ਨੂੰ ਮਾੜੀ ਮੋਟੀ ਸੁੱਖ ਸ਼ਾਂਤੀ ਸ਼ਕਤੀ ਸਮਰਥ ਬਖਸ਼ੇ ਪਰ ਉਹ ਸੋਚਦੇ ਨੇ ਕਿ ਭੈੜੇ ਨਤੀਜੇ ਤਾਂ ਨਿਕਲਣਗੇ ਕੁਰਸੀ ਵੀ ਨਿਕਲੂਗੀ ਅਸੀਂ ਉਹਨਾਂ ਨੂੰ ਸੰਭਾਲ ਲਾਂਗੇ ਠੀਕ ਹਾਂ ਸੰਭਾਲ ਲਾਂਗੇ ਕਿ ਅਸੀਂ ਅੱਗ ਲਾਈਏ ਉਹਦਾ ਫਿਰ ਸੋਚਿਆ ਹੋਇਆ ਨਾ ਕਿ ਅਸੀਂ ਤਾਂ ਸੁਪਰੀਮ ਆ ਕੁਛ ਵੀ ਕਰ ਸਕਦੇ ਹਾਂ ਅਸੀਂ ਅੱਗ ਲਾ ਰਹੇ ਹਾਂ ਇਹਨੂੰ ਅਸੀਂ ਸੰਭਾਲ ਲਾਂਗੇ ਪਰ ਇਹ ਜਦੋਂ ਦੀਵੇ ਤੋਂ ਜਾਂ ਚੁੱਲ੍ਹੇ ਤੋਂ ਨਿਕਲ ਕੇ ਬਾਹਰ ਲੱਗ ਜਾਂਦੀ ਹੈ ਨਾ ਫਿਰ ਸੰਭਾਲੀ ਨਹੀਂ ਜਾਂਦੀ ਹੁੰਦੀ ਬਿਲਕੁਲ ਖੇਤੀ ਅੰਦੋਲਨ ਉਦਾਹਰਣ ਆਪਣੇ ਅੱਗੇ ਕਿਤੇ ਕਿਤੇ ਨਿਗਾਹ ਮਾਰ ਲਓ ਕਿਤੇ ਬਿਲਕੁਲ ਇਤਿਹਾਸ ਦੇ ਵਿੱਚ ਦੇਖ ਲਓ ਇੱਥੇ ਰਾਵਣ ਵਰਗੇ ਹੋ ਕੇ ਚਲੇ ਗਏ ਇਤਿਹਾਸ ਦੇ ਵਿੱਚ ਦੇਖ ਲਓ ਮੁਗਲ ਅੰਗਰੇਜ਼ ਸਭ ਤੋਂ ਅੱਗੇ ਬਿਲਕੁਲ ਇਹ ਹੁੰਦਾ ਨਹੀਂ ਹੁੰਦਾ ਕਦੇ ਅੰਗਰੇਜ਼ਾਂ ਨੂੰ ਲੱਗਦਾ ਸੀ ਵੀ ਅਸੀਂ ਸੰਭਾਲ ਲਾਂਗੇ ਵਰਲਡ ਵਾਰ ਸੈਕਿੰਡ ਤੋਂ ਬਾਅਦ ਕੀ ਹੋਇਆ ਫਿਰ ਬਿਲਕੁਲ ਅਮਰੀਕਾ ਨੂੰ ਲੱਗਦਾ ਸੀ ਹੁਣ ਅਮਰੀਕਾ ਦਾ ਕੀ ਹਾਲ ਹੈ ਅੱਜ ਰੂਸ ਨੂੰ ਲੱਗ ਰਿਹਾ ਕਿ ਅਸੀਂ ਉੱਥੇ ਦਬਾ ਲਾਂਗੇ ਜਾ ਕੇ ਆਖਿਰਕਾਰ ਕਿੰਨੀ ਦੇਰ ਬਿਲਕੁਲ ਕਿਸ ਕੋਸਟ ਦੇ ਉੱਪਰ ਸੋ ਅਸੀਂ ਅੱਜ ਹਿੰਦੁਸਤਾਨ ਦਾ ਜੋ ਰੁਤਬਾ ਸੀ ਇਹ ਅਸੀਂ ਆਪਣੀਆਂ ਹਰਕਤਾਂ ਕਰਕੇ ਇਹੋ ਜਿਹਾ ਬਣਾ ਲਿਆ ਵੀ ਸਾਡੇ ਉੱਪਰ ਥੂ ਥੂ ਹੋ ਰਹੀ ਹੈ ਛੋਟੇ ਛੋਟੇ ਮੁਲਕ ਜਿਹੜੇ ਬਿਲਕੁਲ ਕਦੇ ਸੋਚ ਵੀ ਨਹੀਂ ਸਕਦੇ ਕਿ ਅਸੀਂ ਹਿੰਦੁਸਤਾਨ ਨੂੰ ਅੱਖਾਂ ਦਿਖਾਵਾਂਗੇ ਉਹ ਦਿਖਾ ਰਹੇ ਨੇ ਮਾਲਦੀਵਸ ਵਰਗੇ ਸਿਰਫ ਆ ਇੱਕ ਮੂਰਖਤਾ ਕਰਕੇ ਬਿਲਕੁਲ ਸੋ ਇਹ ਅਜੇ ਵੀ ਮੇਰਾ ਖਿਆਲ ਮੌਕਾ ਇਹਨਾਂ ਨੂੰ ਸੰਭਲ ਜਾਣਾ ਚਾਹੀਦਾ ਜੀ ਪਰ ਇਹਦੇ 'ਤੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਰੀਥਿੰਕ ਕਰਕੇ ਥੋੜ੍ਹੀ ਜਿਹੀ ਅਕਲ ਟਿਕਾਣੇ ਲਿਆਉਣ ਦੀ ਲੋੜ ਹੈ ਜੇ ਆਪਣੀ ਨਹੀਂ ਤਾਂ ਫਿਰ ਇਤਿਹਾਸ ਲਿਆ ਦਿੰਦਾ ਹੁੰਦਾ ਬਿਲਕੁਲ ਮਾਲਕ ਲਿਆ ਦਿੰਦਾ ਸਾਡੇ ਵੱਡਿਆਂ ਨੂੰ ਉੱਥੇ ਤਾਂ ਫਿਰ ਬਿਲਕੁਲ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ ਧੰਨਵਾਦ ਜੀ ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਡਾਕਟਰ ਹਰਮਿੰਦਰ ਸਿੰਘ ਭੱਟੀ ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਹਰ ਵਾਰ ਦੀ ਤਰ੍ਹਾਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ ਅਤੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ 'ਤੇ ਧੰਨਵਾਦ